ਮਾਨ ਦੇ ਵੱਲੋਂ ਜਿੱਤ ਤੋਂ ਬਾਅਦ ਪਹਿਲਾ ਵੱਡਾ ਬਿਆਨ ਦਿੱਤਾ ਗਿਆ। ਦੱਸ ਦਈਏ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਸੀਐਮ ਮਾਨ ਹੁੰਨਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ। ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਨੇ। ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਜਲੰਧਰ ਬੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ। ਮਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਤਾਂ ਸੀਐਮ ਮਾਨ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਉਹਨਾਂ ਨੇ, ਜਿੱਥੇ ਇਹ ਕਹਿ ਕੇ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਨੇ। ਉੱਥੇ ਉਹਨਾਂ ਇਹ ਵੀ ਕਹਿ ਕੇ ਜਲੰਧਰ ਜ਼ਿਮਨੀ ਚੋਣ ਦੇ ਦੌਰਾਨ ਜੋ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਜਲੰਧਰ ਬੈਸਟ ਨੂੰ ਬੈਸਟ ਬਣਾਵਾਂਗੇ, ਤਾਂ ਉਹ ਵੀ ਵਾਅਦਾ ਨਿਭਾਇਆ ਜਾਏਗਾ। ਉੱਥੇ ਹੀ ਉਹਨਾਂ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਨੂੰ ਜਿੱਤ ਦੀ ਵਧਾਈ ਦਿੱਤੀ ਆ। ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਇੱਕ ਵੱਡੀ ਜਿੱਤ ਜ਼ਿਮਨੀ ਚੋਣਾਂ ਦੇ ਵਿੱਚ ਹਾਸਲ ਕੀਤੀ ਗਈ ਆ। ਅੱਜ ਜ਼ਿਮਨੀ ਚੋਣ ਦੇ ਨਤੀਜੇ ਐਲਾਨੇ ਗਏ ਨੇ ਅਤੇ ਇੱਕ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਹੁੰਨਾ ਨੇ ਜਿੱਤ ਹਾਸਲ ਕੀਤੀ ਆ। ਤਾਂ ਦੱਸ ਦਈਏ ਕਿ ਹੁਣ ਸੀਐਮ ਮਾਨ ਦੇ ਵੱਲੋਂ ਇਸ ਸੰਬੰਧੀ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਜੋ ਵੱਡੀ ਜਿੱਤ ਸਾਨੂੰ ਮਿਲੀ ਆ, ਇਸ ਦੇ ਅਨੁਸਾਰ ਅਸੀਂ ਜੋ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ ਕਿ ਜਲੰਧਰ ਬੈਸਟ ਨੂੰ ਅਸੀਂ ਬੈਸਟ ਬਣਾਵਾਂਗੇ, ਅਤੇ ਉਹ ਵੀ ਹੁਣ ਵਾਅਦਾ ਨਿਭਾਉਣ ਦਾ ਜਿਹੜਾ ਸਮਾਂ ਆ ਗਿਆ। ਤਾਂ 37,325 ਵੋਟਾਂ ਦੇ ਫਰਕ ਦੇ ਨਾਲ ਮਹਿੰਦਰ ਭਗਤ ਹੁੰਨਾਂ ਨੇ ਜਿੱਤ ਹਾਸਲ ਕੀਤੀ ਆ। ਤਾਂ ਇੱਕ ਵੱਡੀ ਲੀਡ ਲੈ ਕੇ ਉਹ ਜਿੱਤੇ ਨੇ। ਦੱਸ ਦਈਏ ਕਿ ਪਿਛਲੀ ਵਾਰ ਬੀਜੇਪੀ ਦੇ ਵੱਲੋਂ ਇਹ ਚੋਣ ਲੜੇ ਸਨ, ਪਰ 2023 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ, ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਮਨੀ ਚੋਣ ਦੌਰਾਨ ਉਹਨਾਂ ਨੂੰ ਟਿਕਟ ਦਿੱਤੀ ਗਈ ਅਤੇ ਇੱਕ ਵੱਡੀ ਲੀਡ ਲੈ ਕੇ ਅੱਜ ਉਹਨਾਂ ਨੇ ਜਿੱਤ ਆ ਜਿਹੜੀ ਉਹ ਹਾਸਲ ਕੀਤੀ ਆ। ਅਤੇ ਹੁਣ ਸੀਐਮ ਮਾਨ ਦੇ ਵੱਲੋਂ ਜਿੱਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਬੇਹੱਦ ਖੁਸ਼ ਨੇ। ਉਹਨਾਂ ਕਿਹਾ ਕਿ ਵੱਡੀ ਲੀਡ ਨਾਲ ਮਿਲੀ ਇਹ ਜਿੱਤ ਦਰਸਾਉਂਦੀ ਆ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਜ਼ਿਮਨੀ ਚੋਣ ਦੇ ਦੌਰਾਨ ਅਸੀਂ ਵਾਅਦਾ ਕੀਤਾ ਸੀ ਜਲੰਧਰ ਦੇ ਲੋਕਾਂ ਨਾਲ, ਹੁਣ ਉਸਨੂੰ ਨਿਭਾਉਣ ਦਾ ਵਾਅਦਾ ਆ ਗਿਆ, ਅਤੇ ਅਸੀਂ ਜਲੰਧਰ ਬੈਸਟ ਨੂੰ ਬੈਸਟ ਬਣਾਵਾਂਗੇ। ਤਾਂ ਉਹਨਾਂ ਇਹ ਵੀ ਕਿਹਾ ਉੱਥੇ ਹੀ ਉਹਨਾਂ ਨੇ ਜੋ ਸ਼ਾਨਦਾਰ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਆ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਜਿੱਤ ਤੋਂ ਬਾਅਦ ਸੀਐਮ ਮਾਨ ਉਹਨਾਂ ਦੇ ਵੱਲੋਂ ਪਹਿਲਾ ਵੱਡਾ ਬਿਆਨ ਦਿੱਤਾ ਗਿਆ। ਟਵੀਟ ਕਰ ਉਹਨਾਂ ਨੇ ਖੁਸ਼ੀ ਜਤਾਈ ਆ। ਤਾਂ ਦੱਸ ਦਈਏ ਕਿ ਜਲੰਧਰ ਬੈਸਟ ਦੇ ਵਿੱਚ ਅੱਜ ਜ਼ਿਮਨੀ ਚੋਣ ਦੇ ਨਤੀਜੇ ਆ ਜਿਹੜੇ ਐਲਾਨੇ ਗਏ। ਪਿਛਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ੀਤਲ ਲੰਗੁਰਾਲ ਨੇ ਜਿੱਤ ਹਾਸਲ ਕੀਤੀ ਸੀ ਵੱਡੇ ਫਰਕ ਦੇ ਨਾਲ, ਜਿਹੜਾ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ, ਪਰ ਇਸ ਵਾਰੀ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਪਾਰਟੀ ਬਦਲੀ, ਅਤੇ ਉਸ ਤੋਂ ਬਾਅਦ ਹੁਣ ਜ਼ਿਮਨੀ ਚੋਣ ਹੋਈ ਆ। ਅਤੇ ਜ਼ਿਮਨੀ ਚੋਣ ਦੇ ਵਿੱਚ ਸ਼ੀਤਲ ਲੰਗੁਰਾਲ ਨੂੰ ਬੀਜੇਪੀ ਨੇ ਆਪਣੇ ਵੱਲੋਂ ਮੈਦਾਨ 'ਚ ਉਤਾਰਿਆ ਸੀ, ਪਰ ਜਿੱਤ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਈ ਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ, ਅਤੇ ਹੁਣ ਜਿੱਤ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਦੱਸ ਦਈਏ ਕਿ ਉਹਨਾਂ ਨੇ ਇਸ ਜਿੱਤ ਦਾ ਸਿਹਰਾ ਜਿਹੜਾ ਲੋਕਾਂ ਦੇ ਸਿਰ ਵੀ ਬੰਨਿਆ, ਕਿਹਾ ਕਿ ਸਾਡੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਕਾਫੀ ਖੁਸ਼ ਨੇ, ਅਤੇ ਵੱਡੀ ਲੀਡ ਵੱਡੀ ਜਿੱਤ ਇਹ ਦਰਸਾਉਂਦੀ ਆ। ਉੱਥੇ ਹੀ ਉਹਨਾਂ ਇਹ ਵੀ ਕਹਿ ਕੇ ਜੋ ਅਸੀਂ ਵਾਅਦਾ ਕੀਤਾ ਸੀ ਜਲੰਧਰ ਬੈਸਟ ਨੂੰ ਬੈਸਟ ਬਣਾਉਣ ਦਾ, ਉਹ ਵੀ ਅਸੀਂ ਨਿਭਾਵਾਂਗੇ। ਉੱਥੇ ਹੀ ਉਹਨਾਂ ਨੇ ਮਹਿੰਦਰ ਭਗਤ ਉਹਨਾਂ ਨੂੰ ਵਧਾਈ ਦਿੱਤੀ ਆ। ਤਾਂ ਪਹਿਲਾ ਵੱਡਾ ਬਿਆਨ ਸੀਐਮ ਮਾਨ ਦੇ ਵੱਲੋਂ ਦਿੱਤਾ ਗਿਆ। ਦੱਸ ਦਈਏ ਕਿ ਇਸ ਜ਼ਿਮਨੀ ਚੋਣ ਦੀ ਜੋ ਕਮਾਨ ਹੈ ਉਹ ਵੀ ਸੀਐਮ ਮਾਨ ਉਹਨਾਂ ਦੇ ਕੋਲ ਸੀ, ਖੁਦ ਉਹਨਾਂ ਦੇ ਵੱਲੋਂ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀ ਲਗਾਤਾਰ
ਲਗਾਤਾਰ ਜਲੰਧਰ ਦੇ ਵਿੱਚ ਉਹ ਡਟੇ ਹੋਏ ਸੀ, ਜਲੰਧਰ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਸੀ। ਆਪਣਾ ਇੱਕ ਘਰ ਵੀ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਲਿਆ ਗਿਆ ਸੀ, ਜਿੱਥੇ ਆਪਣੇ ਪਰਿਵਾਰ ਦੇ ਸਮੇਤ ਉਹ ਸ਼ਿਫਟ ਹੋਏ ਸੀ। ਅਤੇ ਲਗਾਤਾਰ ਇਹੀ ਗੱਲ ਚੱਲ ਰਹੀ ਸੀ ਕਿ ਸ਼ਾਖ ਜਿਹੜੀ ਦਾ ਦੇ ਉੱਪਰ ਲੱਗੀ ਹੋਈ ਆ, ਕੀ ਆਮ ਆਦਮੀ ਪਾਰਟੀ ਆਪਣੀ ਸੀਟ ਨੂੰ ਬਚਾ ਪਾਏਗੀ। ਤਾਂ ਇੱਕ ਵੱਡੀ ਲੀਡ ਲੈ ਕੇ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੇ ਫਿਰ ਤੋਂ ਜਲੰਧਰ ਬੈਸਟ ਦੀ ਸੀਟ ਜਿੱਤੀ ਆ, ਅਤੇ ਉੱਥੋਂ ਹੁਣ ਆਮ ਆਦਮੀ ਪਾਰਟੀ ਦੇ MLA ਵਿਧਾਨ ਸਭਾ ਪਹੁੰਚੇ ਨੇ। आज जो जलंधर में नतीजे आए हैं वो इस बात का प्रमाण है कि पंजाब की जनता आज भी आम आदमी पार्टी अरविंद केजरीवाल जी और भगवंत मान जी के कामों पर भरोसा करती है। जो विशाल बहुमत मिला है ये इस बात का संकेत है कि पंजाब में जो काम हो रहा है वो जनता उसकी सराहना कर रही है, उसको अप्रिशिएट करती है। दो तीन महत्वपूर्ण राजनीतिक इससे इन्फ्रेंसेज निकलते हैं। सबसे पहला कि ये जो आजकल राजनीति चल रही है कि पैसे से या पावर से या किसी भी प्रकार के प्रभाव से एक पार्टी से चुनने के बाद दूसरी पार्टी में चले जाना, और ये जो गंदी राजनीति की जो श्रृंखला चल रही है इसमें उन सभी लोगों को ये संदेश है कि ऐसे मत करो। जनता कभी भी गद्दारों को इस तरीके से, जो जनता के मतों के साथ गद्दारी करेगा उसको जनता दोबारा प्यार नहीं देगी, अपना आशीर्वाद नहीं देगी। तो मेरा बड़े उदार दिल से, उदार मन से उन सबको ये सलाह है जो भी आज के समय में इस राजनीतिक परिस्थिति का को फ़ायदा उठाने की सोचते हैं कि यहाँ चले जाओ, ये कर लो, वो कर लो, ये चलता नहीं है। ये बड़ा क्षणिक होता है, ऐसे एक क्षणिक सुख के लिए आप अपनी राजनीतिक करियर बर्बाद मत करिए।